ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਚੈਨਲ ਦੇਖਣ ਵਾਲੇ ਭੈਣ ਅਤੇ ਭਰਾਵੋ, ਅੱਜ ਆਪਾਂ ਬਣਾਵਾਂਗੇ ਸ਼ਿਮਲਾ ਮਿਰਚਾਂ ਭਰ ਕੇ। ਇੱਕ ਵਾਰੀ ਟਰਾਈ ਜ਼ਰੂਰ ਕਰਨੀ, ਬਹੁਤ ਵਧੀਆ ਬਣਨੀਆਂ। ਆਓ ਆਪਾਂ ਹੁਣ ਦੇਖਦੇ ਹਾਂ ਇਹਦੇ ਲਈ ਆਪਾਂ ਨੂੰ ਕੀ ਕੀ ਸਮਾਨ ਚਾਹੀਦਾ। ਆਪਾਂ ਨੂੰ ਚਾਹੀਦੀਆਂ ਹਰੀਆਂ ਮਿਰਚਾਂ, ਨਾ ਬਾਹਲਾ ਵੱਡਾ ਸਾਈਜ਼ ਹੋਵੇ ਅਤੇ ਨਾ ਬਾਹਲੀਆਂ ਛੋਟੀਆਂ ਹੋਣਾ। ਇਹਨਾਂ ਨੂੰ ਧੋ ਕੇ ਅਤੇ ਪੂੰਝ ਲੈਣਾ। ਉਸ ਤੋਂ ਬਾਅਦ ਆਪਾਂ ਨੂੰ ਚਾਹੀਦੇ ਆਲੂ ਉਬਲੇ ਹੋਏ। ਫਿਰ ਆਪਾਂ ਨੂੰ ਚਾਹੀਦਾ ਜੀ ਪਨੀਰ, ਇਹਨਾਂ ਨੂੰ ਵੀ ਛੋਟਾ ਛੋਟਾ ਆਪਾਂ ਕੱਟ ਲੈਣਾ। ਫਿਰ ਆਪਾਂ ਨੂੰ ਚਾਹੀਦਾ ਕੱਟਿਆ ਹੋਇਆ ਪਿਆਜ਼, ਇਹ ਵੀ ਬਰੀਕ ਹੋਣਾ ਚਾਹੀਦਾ। ਇੱਕ ਚਮਚ ਚਾਹੀਦਾ ਆਪਾਂ ਨੂੰ ਨਮਕ ਦਾ, ਇੱਕ ਚਮਚ ਚਾਹੀਦਾ ਆਪਾਂ ਨੂੰ ਹਲਦੀ ਦਾ, ਇੱਕ ਚਮਚ ਆਪਾਂ ਨੂੰ ਚਾਹੀਦਾ ਲਾਲ ਮਿਰਚਾਂ ਦਾ, ਇੱਕ ਹੀ ਚਮਚ ਆਪਾਂ ਨੂੰ ਚਾਹੀਦਾ ਜੀ ਗਰਮ ਮਸਾਲੇ ਦਾ, ਇੱਕ ਚਮਚ ਆਪਾਂ ਨੂੰ ਚਾਹੀਦਾ ਜੀਰੇ ਦਾ, ਇੱਕ ਆਪਾਂ ਨੂੰ ਚਾਹੀਦੀਆਂ ਹਰੀਆਂ ਮਿਰਚਾਂ ਅਤੇ ਅਦਰਕ ਦਾ ਪੇਸਟ। ਥੋੜ੍ਹਾ ਜਿਹਾ ਆਪਾਂ ਨੂੰ ਚੁਟਕੀ ਆਮ ਚੂਰਨ ਦਾ ਚਾਹੀਦਾ, ਇਹਦੇ ਨਾਲ ਬਹੁਤ ਟੇਸਟੀ ਸਬਜ਼ੀ ਬਣਦੀ ਆ। ਆਓ ਆਪਾਂ ਆਲੂਆਂ ਨੂੰ ਹੁਣ ਉੱਤੋਂ ਛਿੱਲ ਲੈਂਦੇ ਹਾਂ। ਇਹ ਆਪਣੇ ਉਬਾਲੇ ਹੋਏ ਵੇ ਪਹਿਲਾਂ ਦੇ ਸੀਗੇ ਆਲੂ, ਇਹਨਾਂ ਨੂੰ ਸਾਰਿਆਂ ਨੂੰ ਆਪਾਂ ਉੱਤੋਂ ਛਿੱਲ ਆਲੂ ਸਾਰੇ ਛਿੱਲ ਲਏ ਆ। ਹੁਣ ਆਪਾਂ ਇਹਨਾਂ ਨੂੰ ਜੇ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਮੈਸ਼ ਕਰ ਲੈਣਾ ਆਲੂਆਂ ਨੂੰ। ਦੇਖੋ ਆਪਣੇ ਜਿਹੜੇ ਆਲੂ ਆ ਮੈਸ਼ ਹੋ ਗਏ ਆ। ਇਹਨੂੰ ਚੰਗੀ ਤਰ੍ਹਾਂ ਵੀ ਇਸ ਤਰ੍ਹਾਂ ਵੀ ਨਾ ਬਾਹਲੇ ਬਰੀਕ ਕਰਨੇ ਅਤੇ ਨਾ ਬਾਹਲੇ ਮੋਟੇ ਰੱਖਣੇ ਆ, ਵੀ ਇਸ ਤਰ੍ਹਾਂ ਦੇ ਨੋਰਮਲ ਜੇ ਆਪਾਂ ਨੂੰ ਚਾਹੀਦੇ ਆ। ਆਓ ਜੀ ਆਪਾਂ ਹੁਣ ਮਸਾਲਿਆਂ ਨੂੰ ਭੁੰਨਦੇ ਹਾਂ। ਆਪਾਂ ਪਾਵਾਂਗੇ 2 ਤੋਂ 3 ਚਮਚੇ ਆਪਾਂ ਪਾਵਾਂਗੇ ਤੇਲ ਦੇ, ਥੋੜ੍ਹਾ ਜਿਹਾ। ਹਾਂਜੀ ਤੇਲ ਆਪਾਂ ਨਾਲ ਗਰਮ ਹੋ ਗਿਆ। ਹੁਣ ਆਪਾਂ ਸਭ ਤੋਂ ਪਹਿਲਾਂ ਪਾਉਣਾ ਇਹਦੇ ਵਿੱਚ ਜੀਰਾ। ਜੀਰੇ ਨੂੰ ਆਪਾਂ ਥੋੜ੍ਹਾ ਜਿਹਾ ਹਲਕਾ ਜਿਹਾ ਭੁੰਨ ਲਵਾਂਗੇ, ਥੋੜ੍ਹਾ ਜਿਹਾ ਭੁੰਨ ਲੈਣਾ ਆਪਾਂ ਇਹਨੂੰ। ਹਾਂਜੀ ਜੀਰਾ ਆਪਣਾ ਭੁੱਜ ਗਿਆ। ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਪਿਆਜ਼ ਕੱਟੇ ਹੋਏ ਬਰੀਕ। ਫਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾਵਾਂਗੇ। ਇਹਨਾਂ ਨੂੰ ਆਪਾਂ ਰੈੱਡ ਕਰਾਂਗੇ ਥੋੜ੍ਹੇ ਜਿਹੇ ਪਿਆਜ਼ ਨੂੰ। ਆਪਾਂ ਇਹਨੂੰ ਢੱਕ ਕੇ ਵੀ ਪਕਾ ਸਕਦੇ ਹਾਂ ਪਿਆਜ਼ਾਂ ਨੂੰ। ਹਾਂਜੀ ਆਪਣੇ ਜਿਹੜੇ ਪਿਆਜ਼ ਆ ਉਹ ਬਣ ਚੁੱਕੇ ਆ, ਦੇਖੋ ਥੋੜ੍ਹੇ ਜਿਹੇ ਹੋ ਗਏ ਆ ਇਹ ਰੈੱਡ। ਹੁਣ ਇਹਦੇ ਆਪਾਂ ਵਿੱਚ ਪਾਵਾਂਗੇ ਹਰੀ ਮਿਰਚ ਅਤੇ ਅਦਰਕ ਅਤੇ ਲਸਣ ਦਾ ਪੇਸਟ। ਇਹਨੂੰ ਚੰਗੀ ਤਰ੍ਹਾਂ ਆਪਾਂ ਭੁੰਨਾਂਗੇ ਥੋੜ੍ਹਾ ਜਿਹਾ ਟਾਈਮ, ਵੀ ਇਹਦੇ ਵਿੱਚ ਅਦਰਕ ਦੀ ਅਤੇ ਲਸਣ ਦੀ ਸਮੈਲ ਨਾ ਆਵੇ ਕੱਚੇ ਦੀ। ਥੋੜ੍ਹਾ ਜਿਹਾ ਟਾਈਮ ਆਪਾਂ ਇਹਨਾਂ ਨੂੰ ਭੁੰਨ ਲਵਾਂਗੇ। ਗੰਢਰ ਅਤੇ ਲਸਣ ਅਤੇ ਮਿਰਚਾਂ ਭੁੱਜ ਗਈਆਂ। ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਹਲਦੀ 1 ਚਮਚ। ਹੁਣ ਇਹਨੂੰ ਆਪਾਂ ਥੋੜ੍ਹਾ ਜਿਹਾ ਹਿਲਾ ਦਾਂਗੇ। ਉਸ ਤੋਂ ਬਾਅਦ ਆਪਾਂ ਪਾਵਾਂਗੇ ਜੀ ਨਮਕ, ਆਪਦੇ ਅਨੁਸਾਰ ਪਾ ਸਕਦੇ ਹਾਂ ਜਿੰਨਾ ਕੁ ਤੁਸੀਂ ਵੱਧ ਘੱਟ ਖਾਂਦੇ ਆ। ਆਪਾਂ ਪਾਇਆ 1 ਚਮਚ, ਇਹਨੂੰ ਥੋੜ੍ਹਾ ਜਿਹਾ ਆਪਾਂ ਸੇਕ ਲਵਾ ਲਾਂਗੇ। ਹਾਂਜੀ ਹੁਣ ਆਪਾਂ ਪਾਵਾਂਗੇ ਲਾਲ ਮਿਰਚਾਂ 1 ਚਮਚ। ਹੁਣ ਪਾਵਾਂਗੇ ਆਪਾਂ ਜਿਹੜਾ ਥੋੜ੍ਹਾ ਜਿਹਾ ਆਮ ਚੂਰਨ ਲਿਆ, ਥੋੜ੍ਹੀਆਂ ਜਿਹੀਆਂ 2 ਕੁ ਚੁਟਕੀਆਂ ਲਈਆਂ ਆਪਾਂ ਆਮ ਚੂਰਨ ਲਿਆ। ਇਹਦੇ ਨਾਲ ਆਪਣਾ ਜਿਹੜਾ ਮਸਾਲਾ ਬਹੁਤ ਜ਼ਿਆਦਾ ਟੇਸਟੀ ਬਣਦਾ। ਦੇਖੋ ਆਪਾਂ ਇਹਨਾਂ ਨੂੰ ਥੋੜ੍ਹਾ ਜਿਹਾ ਭੁੰਨ ਲਵਾਂਗੇ ਮਸਾਲੇ ਨੂੰ। ਜਦੋਂ ਮਸਾਲਾ ਆਪਣਾ ਭੁੱਜ ਗਿਆ ਇਹਦੇ ਵਿੱਚ ਆਪਾਂ ਐਡ ਕਰਾਂਗੇ ਆਲੂ ਅਤੇ ਪਨੀਰ। ਦੇਖੋ ਆਪਣਾ ਮਸਾਲਾ ਜਿਹੜਾ ਭੁੱਜ ਕੇ ਰੈਡੀ ਹੋ ਗਿਆ। ਵਿੱਚ ਆਪਾਂ ਪਾਵਾਂਗੇ ਆਲੂ ਜਿਹੜੇ ਆਪਾਂ ਉਬਾਲ ਕੇ ਥੋੜ੍ਹੇ ਜਿਹੇ ਕੁੱਟੇ ਹੋਏ ਸੀਗੇ। ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਜਿਹੜਾ ਇਹਦੇ ਵਿੱਚ ਮਸਾਲਾ ਜਿਹੜਾ ਆਪਣਾ ਆਲੂਆਂ 'ਚ ਰਚ ਜਾਵੇ। ਆਪਣਾ ਮਸਾਲਾ ਵਧੀਆ ਸਮੈਲ ਆਉਂਦੀ ਆ, ਵਧੀਆ ਰੈਡੀ ਹੋ ਗਿਆ। ਆਪਾਂ ਪਾਵਾਂਗੇ ਕੱਟਿਆ ਹੋਇਆ ਇਹਦੇ ਵਿੱਚ ਪਨੀਰ।
ਪਨੀਰ ਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਵਿੱਚ ਇਸ ਤਰ੍ਹਾਂ। ਜਿਹੜੇ ਮਸਾਲੇ ਆ ਤੁਸੀਂ ਆਪਦੇ ਹਿਸਾਬ ਨਾਲ ਪਾ ਸਕਦੇ ਆ, ਘੱਟ ਵੀ ਪਾ ਸਕਦੇ ਆ, ਜਿਵੇਂ ਮਿਰਚਾਂ ਕਈ ਘੱਟ ਖਾਂਦੇ ਆ ਵੱਧ ਖਾਂਦੇ ਆ, ਹੈ ਨਾ, ਉਸ ਤਰ੍ਹਾਂ ਆਪਾਂ ਤੁਸੀਂ ਪਾ ਸਕਦੇ ਆ ਆਪਦੇ ਮਸਾਲੇ ਦੇ ਹਿਸਾਬ ਨਾਲ। ਤੁਹਾਨੂੰ ਕਿੰਨਾ ਕੁ ਮਸਾਲਾ ਚਾਹੀਦਾ? ਇਹ ਮੈਂ ਬਣਾਈਆਂ 8 ਲੰਗਾਂ ਮਿਰਚਾਂ, ਉਹਨਾਂ ਲਈ ਮਸਾਲਾ। ਹਾਂਜੀ, ਆਪਾਂ ਗੈਸ ਕਰ ਦਾਂਗੇ ਹੁਣ ਬੰਦ, ਇਹਨੂੰ ਥੋੜ੍ਹਾ ਜਿਹਾ ਹਲਕਾ ਜਿਹਾ ਆਪਾਂ ਠੰਡਾ ਕਰਾਂਗੇ ਅਤੇ ਫਿਰ ਆਪਾਂ ਭਰਾਂਗੇ ਮਿਰਚਾਂ ਦੇ ਵਿੱਚ। ਤਾਂ ਮਸਾਲਾ ਠੰਡਾ ਹੁੰਦਾ ਅਤੇ ਆਪਾਂ ਮਿਰਚਾਂ ਨੂੰ ਉੱਪਰੋਂ ਕੱਟ ਲੈਂਦੇ ਹਾਂ, ਇਹਨਾਂ ਨੂੰ ਉੱਪਰੋਂ ਇਸ ਤਰ੍ਹਾਂ ਆਪਾਂ ਕੱਟ ਲੈਣਾ। ਵਿੱਚੋਂ ਜਿਹੜੇ ਆਪਣੇ ਇਹਨਾਂ ਦੇ ਵਿੱਚ ਬੀ ਹੁੰਦੇ ਆ ਸਾਰੇ ਬਾਹਰ ਕੱਢ ਦੇਣੇ ਆ, ਕਿਉਂਕਿ ਚੰਗੀ ਤਰ੍ਹਾਂ ਮਸਾਲਾ ਜਿਹੜਾ ਭਰਿਆ ਜਾ ਸਕੇ ਮਿਰਚਾਂ 'ਚ। ਜਿਹੜੇ ਬੀ ਆ ਸਾਰੇ ਆਪਾਂ ਇਸ ਤਰ੍ਹਾਂ ਖਾਲੀ ਕਰ ਲੈਣੇ ਆ, ਵਿੱਚੋਂ ਸਾਰੇ ਆ ਜਿਹੜੇ ਬੀ ਆਪਾਂ ਕੱਢ ਲੈਣੇ। ਆਪਾਂ ਸਾਰੀਆਂ ਮਿਰਚਾਂ ਇਸ ਤਰ੍ਹਾਂ ਹੀ ਖਾਲੀ ਕਰ ਲੈਣੀਆਂ ਉੱਪਰੋਂ ਕੱਟ ਕੇ, ਅਤੇ ਵਿੱਚੋਂ ਬੀ ਆ ਜਿਹੜੇ ਬਿਲਕੁਲ ਕੱਢ ਦੇਣੇ ਆ। ਮਿਰਚਾਂ ਜਿਹੜੀਆਂ ਸਾਰੀਆਂ ਉੱਪਰੋਂ ਕੱਟ ਲਈਆਂ ਅਤੇ ਇਹਨਾਂ ਨੂੰ ਖਾਲੀ ਕਰ ਦਿੱਤਾ, ਅਤੇ ਆਪਣਾ ਮਸਾਲਾ ਵੀ ਠੰਡਾ ਹੋ ਗਿਆ ਹੋਣਾ। ਹੁਣ ਆਪਾਂ ਮਸਾਲੇ ਨੂੰ ਭਰਾਂਗੇ ਵਿੱਚ। ਆਪਣਾ ਮਸਾਲਾ ਆਪਣਾ ਉਹ ਠੰਡਾ ਹੋ ਗਿਆ ਅਤੇ ਹੁਣ ਆਪਾਂ ਇਹਨਾਂ ਨੂੰ ਮਿਰਚਾਂ ਦੇ ਵਿੱਚ ਭਰਾਂਗੇ ਇਸ ਤਰ੍ਹਾਂ। ਹਾਂਜੀ, ਇਸ ਤਰ੍ਹਾਂ ਆਪਾਂ ਚਮਚੇ ਦੀ ਹੈਲਪ ਦੇ ਨਾਲ ਅਤੇ ਮਿਰਚਾਂ ਦੇ ਵਿੱਚ ਥੱਲੇ ਤੱਕ ਆਪਾਂ ਮਸਾਲਾ ਭਰਨਾ ਇਸ ਤਰ੍ਹਾਂ। ਹਾਂਜੀ, ਇਸ ਤਰ੍ਹਾਂ ਮਿਰਚਾਂ ਜਿਹੜੀਆਂ ਸਾਰੀਆਂ ਦੇ ਵਿੱਚ ਮਸਾਲਾ ਭਰ ਲਿਆ, ਇਸ ਤਰ੍ਹਾਂ ਵੀ ਚੰਗੀ ਤਰ੍ਹਾਂ ਮਸਾਲਾ ਭਰ ਲੈਣਾ। ਆਪਾਂ ਸਾਰੀਆਂ ਮਿਰਚਾਂ 'ਚ ਮਸਾਲਾ ਭਰ ਲਿਆ, ਹੁਣ ਕਰਾਂਗੇ ਫਰਾਈ ਭਰੀਆਂ ਹੋਈਆਂ ਮਿਰਚਾਂ ਨੂੰ। ਹੁਣ ਆਪਾਂ ਥੋੜ੍ਹਾ ਜਿਹਾ ਇਹਦੇ ਵਿੱਚ ਪਾਲਾਂਗੇ ਤੇਲ, ਤੁਸੀਂ ਥੋੜ੍ਹਾ ਜਿਹਾ ਹੀ ਤੇਲ ਯੂਜ਼ ਕਰ ਸਕਦੇ ਹੋ, ਥੋੜ੍ਹੀਆਂ ਜਿਹੀਆਂ ਤੇਲ 'ਚ ਹੀ ਇਹਨਾਂ ਨੇ ਬਣ ਜਾਣਾ। ਆਪਣਾ ਤੇਲ ਗਰਮ ਹੋ ਚੁੱਕਿਆ, ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਿਰਚਾਂ। ਆਪਾਂ ਹੌਲੀ ਹੌਲੀ ਸਾਰੀਆਂ ਮਿਰਚਾਂ ਵਿੱਚ ਪਾ ਦੇਵਾਂਗੇ, ਇਸ ਤਰ੍ਹਾਂ ਆਪਾਂ ਰੱਖ ਦੇਵਾਂਗੇ। ਆਪਾਂ ਮਿਰਚਾਂ ਸਾਰੀਆਂ ਪਾ ਦਿੱਤੀਆਂ, ਆਪਾਂ ਇਹਨਾਂ ਨੂੰ ਢੱਕ ਦੇਵਾਂਗੇ ਮਿਰਚਾਂ ਨੂੰ ਵਿੱਚ ਪਾ ਕੇ। ਆਪਾਂ ਨੂੰ 2 ਮਿੰਟ ਹੋ ਚੁੱਕੇ ਆ, ਆਪਾਂ ਇਹਨਾਂ ਨੂੰ ਥੋੜ੍ਹਾ ਜਿਹਾ ਫੇਰ ਹਿਲਾ ਦੇਵਾਂਗੇ ਇਸ ਤਰ੍ਹਾਂ। ਇਸ ਤਰ੍ਹਾਂ ਹਿਲਾ ਦੇਵਾਂਗੇ ਟਮਾਟਰ। ਹਾਂਜੀ, ਆਪਣੀਆਂ ਮਿਰਚਾਂ ਬਣ ਚੁੱਕੀਆਂ, ਵੇਖੋ ਕਿੰਨੀਆਂ ਵਧੀਆ ਕਲਰ ਆ ਇਹਨਾਂ ਦਾ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ